ਇਹ ਅਸੀਂ ਲੋਕ ਸਾਰੇ ਪਾਕਿਸਤਾਨ ਤੋਂ ਆਏ ਹੋਏ ਹਾਂ। 16 ਫੁੱਟ ਗਲੀ ਆ ਸਾਡੇ, ਹਰ ਗਲੀ 16.5 ਫੁੱਟ ਆ, ਔਰ ਜਿਹੜੀ ਸਾਡੀ ਬਾਹਰਲੀ ਫਿਰਨੀ ਆ ਪਿੰਡ ਦੇ ਆਲੇ ਦੁਆਲੇ ਉਹ ਹੈਗੀ ਆ 22 ਫੁੱਟ। ਔਰ ਪਿੰਡ ਸਾਡਾ ਜਦੋਂ ਬਣਿਆ ਉਦੋਂ ਤਾਂ ਬੜੀ ਗਰੀਬੀ ਹਾਲਾਤ ਸੀ, ਅਸੀਂ ਵੀ ਲੋਕ ਜਦੋਂ ਬਾਹਰੋਂ ਆਏ ਸੀਗੇ ਤਾਂ ਬਹੁਤ ਭੁੱਖਮਰੀ ਸੀ। ਬਜ਼ੁਰਗਾਂ ਸਾਡਿਆਂ ਨੇ ਬਹੁਤ ਮਿਹਨਤ ਕੀਤੀ ਆ, ਇਸ ਗੱਲ 'ਚ ਕੋਈ ਦੋ ਰਹਿ ਨਹੀਂ। ਜਦੋਂ ਬਜ਼ੁਰਗਾਂ ਦੇ ਕੰਮ ਵੱਲ ਅਸੀਂ ਦੇਖਦੇ ਹਾਂ, ਹੁਣ ਤਾਂ ਉਹਦੇ ਮੁਕਾਬਲੇ ਹੁਣ ਕੁਛ ਵੀ ਨਹੀਂ ਗਾ, ਹੁਣ ਤਾਂ ਬਹੁਤ ਸਹੂਲਤਾਂ ਬਹੁਤ ਆ। ਲੋਕ ਰਲ ਮਿਲ ਕੇ ਰਹਿੰਦੇ ਆ, ਕੋਈ ਲੜਾਈ ਝਗੜੇ ਵਾਲਾ ਕੰਮ ਨਹੀਂ, ਜਿੰਨੇ ਵੀ ਭਾਵੇਂ ਛੋਟਾ ਆ ਪਿੰਡ ਪਰ ਫਿਰ ਵੀ ਬੜੇ ਪਿਆਰ ਨਾਲ ਤਰੀਕੇ ਨਾਲ ਰਹਿੰਦੇ ਆ। ਬਾਹਰਲੇ NRI ਵੀਰਾਂ ਸਾਨੂੰ ਬਹੁਤ 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 ਉਹਨਾਂ ਦਾ ਧੰਨਵਾਦ ਵੀ ਮੈਂ ਕਰਨਾ ਚਾਹੁੰਦਾ, ਔਰ ਉਹਨਾਂ ਦੀ ਮਦਦ ਵੀ ਸਾਨੂੰ ਬਹੁਤ ਆ। ਇਹ ਸਾਡਾ ਜਿਹੜਾ ਪਿੰਡ ਫਤਿਹਪੁਰ ਕਲਾਂ ਹੈ ਨਾ ਜੀ, ਇਹ ਅਸੀਂ ਲੋਕ ਸਾਰੇ ਪਾਕਿਸਤਾਨ ਤੋਂ ਆਏ ਹੋਏ ਹਾਂ। ਵੱਖ ਵੱਖ ਪਿੰਡਾਂ ਤੋਂ ਅਸੀਂ ਆ ਕੇ ਇੱਥੇ, ਜਿੰਨੇ 5-4 ਪਿੰਡਾਂ ਦੇ ਬੰਦੇ ਸੀ ਸਾਰੇ ਅਸੀਂ ਇੱਥੇ, ਮਤਲਬ ਪਿੰਡ ਫਤਿਹਪੁਰ ਸਾਡਾ ਫਿਰ ਇਹ ਬਣਿਆ। ਇਹ ਸਾਡੀ ਚੱਲਦੀ ਜ਼ਮੀਨ ਦੇ ਵਿੱਚੋਂ ਕੱਟਿਆ ਗਿਆ, ਸਾਡੀ ਜ਼ਮੀਨ ਦੀ 50 ਏਕੜ 'ਚੋਂ 5 ਮਰਲੇ ਥਾਂ ਕੱਟ ਕੇ ਇਹ 57 ਕਨਾਲ 16 ਮਰਲੇ ਦਾ ਰਕਬਾ ਆ ਸਾਡੇ ਪਿੰਡ ਦਾ, ਜਿਹਦੇ ਵਿੱਚ ਇਹ ਗਲੀਆਂ ਪੂਰੀਆਂ ਚੌੜੀਆਂ ਆ। 16.5 ਫੁੱਟ ਗਲੀ ਆ ਸਾਡੇ, ਹਰ ਗਲੀ 16.5 ਫੁੱਟ ਆ, ਔਰ ਜਿਹੜੀ ਸਾਡੀ ਬਾਹਰਲੀ ਫਿਰਨੀ ਆ ਪਿੰਡ ਦੇ ਆਲੇ ਦੁਆਲੇ ਉਹ ਹੈਗੀ ਆ 22 ਫੁੱਟ 'ਚੋਂ। ਔਰ ਪਿੰਡ ਸਾਡਾ ਜਦੋਂ ਬਣਿਆ ਉਦੋਂ ਤਾਂ ਬੜੀ ਗਰੀਬੀ ਹਾਲਾਤ ਸੀ, ਅਸੀਂ ਵੀ ਲੋਕ ਜਦੋਂ ਬਾਹਰੋਂ ਆਏ ਸੀਗੇ ਤਾਂ ਬਹੁਤ ਭੁੱਖਮਰੀ ਸੀ, ਮਤਲਬ ਇੱਦਾਂ ਸੀ ਵੀ ਰੋਟੀ ਵੀ ਖਾਣ ਨੂੰ ਜਿਹੜੀ ਆ ਪੈਸੇ ਬਾਹਰੋਂ ਫੜਨੇ ਪੈਂਦੇ ਸੀ ਲੋਕਾਂ ਨੂੰ। ਮਿਹਨਤ ਮੁਸ਼ਕਤ ਫਿਰ ਇੰਨੀ ਜ਼ਿਆਦਾ ਕੀਤੀ, ਬਜ਼ੁਰਗਾਂ ਸਾਡੇ ਨੇ ਇੰਨੀਆਂ ਮਿਹਨਤਾਂ ਕੀਤੀਆਂ ਵੀ ਆਪਣੀ ਜ਼ਮੀਨ ਚਾਲੂ ਕੀਤੀ। ਪਿੰਡ ਦੇ ਵਿੱਚ ਪਹਿਲਾਂ ਮਕਾਨ ਕੱਚੇ ਹੁੰਦੇ ਸੀ, ਸਾਰੇ ਢਾ ਕੇ ਫਿਰ ਹੌਲੀ ਹੌਲੀ ਜਿੱਦਾਂ ਜਿੱਦਾਂ ਸਾਡਾ ਤਰੱਕੀ ਹੁੰਦੀ ਗਈ ਉੱਦਾਂ ਪੱਕੀਆਂ ਬਣਾਈਆਂ। ਉਸ ਤੋਂ ਬਾਅਦ ਫਿਰ ਹੁਣ ਤਾਂ ਪਰਮਾਤਮਾ ਦੀ ਕਿਰਪਾ ਨਾਲ ਹਰ ਘਰ ਦੇ ਵਿੱਚੋਂ 1-1, 2-2 ਜੀ ਸਾਡੇ ਬਾਹਰ ਫੋਰਨ ਦੇ ਵਿੱਚ ਵੀ ਆ, ਉਹ ਵੀ ਸਾਡੇ ਪਿੰਡ ਦੀ ਬੜੀ ਮਦਦ ਕਰਦੇ ਆ, ਜਿੰਨੇ ਯੋਗ ਹੈ ਹਰ ਤਰ੍ਹਾਂ ਹੀ ਉਹ ਜਦੋਂ ਵੀ ਸਾਨੂੰ ਕੋਈ ਗੱਲ ਲੋੜ ਹੁੰਦੀ ਤਾਂ ਉਹ ਸਾਡੀ ਮਦਦ ਕਰਦੇ ਆ। ਬਾਕੀ ਪੰਚਾਇਤ ਦੇ ਵਿੱਚ ਵੀ ਜਦੋਂ ਪਿਛਲੀ ਵਾਰੀ 10 ਸਾਲ ਦਾ ਟਰਨ ਸੀ, 5 ਸਾਲ ਮੇਰੀ ਵਾਈਫ ਰਹੀ ਆ ਸਰਪੰਚ, 5 ਸਾਲ ਮੈਂ ਰਿਹਾ, 10 ਸਾਲ ਦੇ ਵਿੱਚ ਅਸੀਂ ਕਾਫੀ ਵਿਕਾਸ ਪਿੰਡ ਦਾ ਕੀਤਾ। 70-80 ਲੱਖ ਰੁਪਈਆ ਲਿਆ ਕੇ ਅਸੀਂ ਮਤਲਬ ਆਪਣੇ ਪਿੰਡ 'ਤੇ ਖਰਚ ਕੀਤਾ। ਪਿੰਡ ਭਾਵੇਂ ਸਾਡਾ ਛੋਟਾ ਆ ਪਰ ਵੱਡੇ ਪਿੰਡਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ, ਜਿਵੇਂ ਸਕੂਲ ਪ੍ਰਾਇਮਰੀ ਐਲੀਮੈਂਟਰੀ ਸਕੂਲ ਆ ਸਾਡਾ, ਉਸ ਤੋਂ ਬਾਅਦ ਸਾਡਾ ਪੰਚਾਇਤ ਘਰ ਆ, ਉਸ ਤੋਂ ਬਾਅਦ ਸਾਡਾ ਕਮੈਂਟਰੀ ਹਾਲ ਬਣਾਇਆ ਬਹੁਤ ਵਧੀਆ, ਇੱਕ ਆਂਗਨਵਾੜੀ ਸੈਂਟਰ ਬਣਾਇਆ, ਜਿੰਮ ਲਈ ਪੈਸੇ ਗੌਰਮੈਂਟ ਤੋਂ ਆਏ ਉਹਦਾ ਮਤਲਬ ਅਸੀਂ ਕਮਰਾ ਬਣਾ ਕੇ ਸਮਾਨ ਵੀ ਲਿਆ ਕੇ ਰੱਖਿਆ। ਗਲੀਆਂ ਸਾਰੀਆਂ ਪੱਕੀਆਂ ਕੀਤੀਆਂ, ਜਿਹੜੀ ਬਾਹਰਲੀ ਫਿਰਨੀ ਸਾਡੀ ਸੀ 22 ਫੁੱਟ ਚੌੜੀ, ਉਹਨੂੰ ਲੁੱਕ ਵਾਲੀ ਫਿਰਨੀ ਬਣਾਇਆ ਗਿਆ। ਇਸ ਤਰ੍ਹਾਂ ਵਿਕਾਸ ਪਿੰਡ ਦਾ ਕਾਫੀ ਹੋਇਆ। ਹੋਰ ਵੀ ਜਿਹੜੀ ਚੀਜ਼ ਮਤਲਬ ਸਾਡੇ ਪਿੰਡ ਨੂੰ ਲੋੜੀਦੀ ਸੀ ਉਹ ਮੌਜੂਦ ਹੈ, ਔਰ ਪਿੰਡ ਦੇ ਲੋਕ ਜਿਹੜੇ ਸਾਰੇ ਬੜੇ ਰਲ ਮਿਲ ਕੇ ਰਹਿੰਦੇ ਆ। ਪਰ ਥੋੜ੍ਹਾ ਜਿਹਾ ਆਹ ਜਿਹੜਾ 5 ਸਾਲ ਸਾਡੇ ਹੁਣ ਦੀ ਟਰਨ ਆ, ਇਹ ਗੌਰਮੈਂਟ ਵੱਲੋਂ ਵੀ ਕੋਈ ਬਹੁਤੀ ਸਾਡੀ ਪਿੰਡ ਦੀ ਮਦਦ ਨਹੀਂ ਕੀਤੀ ਗਈ, ਔਰ ਕੋਈ ਸਾਡੀ ਪੰਚਾਇਤ ਵੀ ਜਿਹੜੀ ਸੀ ਬਣੀ ਉਹਦੇ ਵਿੱਚ ਵੀ ਕੋਈ ਥੋੜ੍ਹਾ ਡਿਸਪੂਟ ਹੋਣ ਕਰਕੇ ਮਤਲਬ ਕੋਈ ਵਿਕਾਸ ਦਾ ਕੰਮ ਜਿਹੜਾ ਨਹੀਂ ਹੋਇਆ, ਬਹੁਤ ਘੱਟ ਹੋਇਆ, ਐਵੇਂ ਨਾ ਮੰਤਰੇ ਹੋਇਆ। ਨਹੀਂ ਤਾਂ 5 ਸਾਲ ਦਾ ਸਮਾਂ, ਤਕਰੀਬਨ 6 ਸਾਲ ਹੋ ਚੱਲੇ, ਹੁਣ ਤਾਂ 6 ਉੱਤੇ ਹੋ ਚੱਲਿਆ, ਕਾਫੀ ਵਿਕਾਸ ਹੋ ਸਕਦਾ ਸੀ ਪਰ ਉਹ ਘੱਟ ਹੋਇਆ। ਪਰ ਫਿਰ ਵੀ ਕੁੱਲ ਮਿਲਾ ਕੇ ਸਾਡੇ ਜਿਹੜੇ ਬਾਹਰਲੇ NRI ਵੀਰ ਆ, ਗੁਰੂ ਘਰ ਸਾਡੇ ਪਿੰਡ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਆ, ਬੜਾ ਸੁੰਦਰ ਆ, ਹੁਣ ਉਹਦੀ ਜਿਹੜੀ ਸੇਵਾ ਚੱਲ ਰਹੀ ਆ, ਸਾਡੇ ਬਾਹਰਲੇ ਬੰਦਿਆਂ ਨੇ ਵੀ ਇੱਧਰ ਲੈਵੇਂ, ਜਿੰਨੇ ਜਿੰਨੇ ਯੋਗਾ ਕੋਈ ਹੈ ਉਹਨੇ ਪੂਰੀ ਮਦਦ ਕੀਤੀ ਆ, ਪੈਸੇ ਧੇਲੇ ਦੀ ਵੀ। ਵੈਸੇ ਵੀ ਬਹੁਤ ਵਧੀਆ ਤਰੀਕੇ ਨਾਲ ਪਿੰਡ ਦਾ ਜਿਹੜਾ ਮਤਲਬ ਸਾਡਾ ਚੱਲਦਾ ਆ।
ਬਜ਼ੁਰਗਾਂ ਸਾਡਿਆਂ ਨੇ ਬਹੁਤ ਮਿਹਨਤ ਕੀਤੀ ਆ, ਇਸ ਗੱਲ 'ਚ ਕੋਈ ਦੋ ਰਹਿ ਨਹੀਂ। ਜਦੋਂ ਬਜ਼ੁਰਗਾਂ ਦੇ ਕੰਮ ਵੱਲ ਅਸੀਂ ਦੇਖਦੇ ਹਾਂ, ਹੁਣ ਤਾਂ ਉਹਦੇ ਮੁਕਾਬਲੇ ਹੁਣ ਕੁਛ ਵੀ ਨਹੀਂ ਗਾ। ਹੁਣ ਤਾਂ ਬਹੁਤ ਸਹੂਲਤਾਂ ਬਹੁਤ ਆ, ਹੁਣ ਬਿਜਲੀ ਦੀਆਂ ਮੋਟਰਾਂ ਲੱਗੀਆਂ ਆ, ਸਾਰਾ ਉਦੋਂ ਦਾ ਖੂਹਾਂ ਦਾ ਕੰਮ ਸੀਗਾ, ਫਸਲ ਬਿਲਕੁਲ ਥੋੜ੍ਹੀ ਹੋਣੀ, ਖਰਚੇ ਤਾਂ ਤੁਹਾਨੂੰ ਪਤਾ ਵੀ ਘਰਾਂ ਦੇ ਹੁੰਦੇ ਹੀ ਆ, ਪਰ ਫਿਰ ਵੀ ਕੁੱਲ ਮਿਲਾ ਕੇ ਹੁਣ ਤੱਕ ਜੋ ਅਸੀਂ ਕੀਤਾ ਆ ਬਹੁਤ ਸੋਹਣਾ ਆ, ਪਿੰਡ ਸਾਡਾ ਵਧੀਆ ਆ, ਲੋਕ ਰਲ ਮਿਲ ਕੇ ਰਹਿੰਦੇ ਆ, ਕੋਈ ਲੜਾਈ ਝਗੜੇ ਵਾਲਾ ਕੰਮ ਨਹੀਂ, ਜਿੰਨੇ ਵੀ ਭਾਵੇਂ ਛੋਟਾ ਆ ਪਿੰਡ ਪਰ ਫਿਰ ਵੀ ਬੜੇ ਪਿਆਰ ਨਾਲ ਤਰੀਕੇ ਨਾਲ ਰਹਿੰਦੇ ਆ, ਔਰ ਵਧੀਆ ਵਧੀਆ ਜਿਹੜੇ ਇਨਸਾਨ ਸੋਚ ਵਾਲੇ ਆ, ਕੁਛ ਮਿਲਟਰੀ 'ਚੋਂ ਬੰਦੇ ਰਿਟਾਇਰ ਹੋ ਕੇ ਵੀ ਆਏ ਵਾ, ਕੁਛ ਹੁਣ ਵੀ ਨੌਕਰੀ ਕਰਦੇ ਆ, ਪਰ ਜ਼ਿਆਦਾਤਰ ਕੰਮ ਸਾਡਾ ਜ਼ਿਮੀਂਦਾਰੀ ਦਾ ਆ, ਜ਼ਿਮੀਂਦਾਰੀ ਦਾ ਕੰਮ ਹੈ, ਜ਼ਿਮੀਂਦਾਰ ਅਸੀਂ ਸਾਰਾ ਪਿੰਡ ਹਾਂ, ਔਰ ਜ਼ਿਮੀਂਦਾਰੀ ਦੇ ਨਾਲ ਅਸੀਂ ਆਪਣੀ ਜਿਹੜੀ ਰੋਜ਼ੀ ਰੋਟੀ ਕਮਾ ਕੇ ਆਪਣਾ ਪੇਟ ਪਾਲਦੇ ਹਾਂ, ਟੱਬਰ ਪਾਲਦੇ ਹਾਂ, ਬਾਕੀ ਬਾਹਰਲੇ NRI ਵੀਰਾਂ ਸਾਨੂੰ ਬਹੁਤ 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 ਉਹਨਾਂ ਦਾ ਧੰਨਵਾਦ ਵੀ ਮੈਂ ਕਰਨਾ ਚਾਹੁੰਦਾ, ਔਰ ਉਹਨਾਂ ਦੀ ਮਦਦ ਵੀ ਸਾਨੂੰ ਬਹੁਤ ਆ। ਇਹ ਸਾਡੇ ਪਿੰਡ ਦੀ ਸਟੋਰੀ ਹੈ ਜੀ।